संगरूर दे लहरा गागा दे वार्ड नंबर दे 15 दे एक बुजुर्ग जोड़ा अज पिस्तौल दे नोक ते लखां दी लुट दा शिकार होया है। जानकारी मुताबक बिजली बोर्ड विच रिटायर होए श्री राम अते उसदी घरवाली शिंगारी देवी ने पत्रकारां नूं दस्या है कि ਉਹ ਦੋਵੇਂ ਰਾਤੀ ਵਿਹੜੇ ਵਿੱਚ ਸੁੱਤੇ ਹੋਏ ਸਨ ਕਿ 2 ਵਜੇ ਲਗਭਗ 4 ਕੁ ਜਣੇ ਕੰਧ ਟੱਪ ਕੇ ਉਹਨਾਂ ਦੇ ਘਰ ਵਿੱਚ ਆਣ ਵੜੇ ਅਤੇ ਉਹਨਾਂ ਦੇ ਸਿਰ ਤੇ ਪਿਸਤੌਲ ਤਾਨ ਕੇ ਉਹਨਾਂ ਦੀਆਂ ਬਾਹਾਂ ਪੰਨੇ ਅਤੇ ਚੁੰਨੀ ਦੇ ਨਾਲ ਬੰਨ ਦਿੱਤੀਆਂ। ਉਹਨਾਂ ਦੱਸਿਆ ਕਿ ਇਸ ਦੌਰਾਨ ਉਹਨਾਂ ਦੇ ਪਾਏ ਹੋਏ ਗਹਿਣਿਆਂ ਨੂੰ ਵੀ ਲੁੱਟ ਲਿਆ ਗਿਆ ਅਤੇ ਇਸ ਬਾਅਦ ਵਿੱਚ ਚਾਰੇ ਜਣੇ ਕਮਰੇ ਵਿੱਚ ਵੜ ਕੇ 1 ਘੰਟਾ ਲਗਾਤਾਰ ਘਰ ਦੀ ਫਰੋਲਾ ਫਰਾਲੀ ਕਰਦੇ ਰਹੇ। ਸਾਰੀ ਜਾਣਕਾਰੀ ਦਿੰਦਿਆਂ ਬਜ਼ੁਰਗ ਜੋੜੇ ਨੇ ਦੱਸਿਆ ਹੈ ਕਿ ਲੁਟੇਰੇ ਉਹਨਾਂ ਦੇ ਘਰ ਵਿੱਚੋਂ 5 ਮੁੰਦਰੀਆਂ ਵਾਲੀਆਂ ਟੌਪਸ ਚੈਨੀ ਅਤੇ 50,000 ਰੁਪਏ ਦੀ ਨਕਦੀ ਲੈ ਗਏ ਹਨ। ਉਧਰ ਘਰ ਵਿੱਚ ਹੀ ਕਿਰਾਏ ਤੇ ਰਹਿ ਰਹੇ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਕੂਲਰ ਦੀ ਆਵਾਜ਼ ਕਰਕੇ ਉਸ ਨੂੰ ਕਿਸੇ ਵੀ ਘਟਨਾ ਦਾ ਪਤਾ ਨਹੀਂ ਲੱਗਾ ਹੈ। ਉਸ ਨੇ ਕਿਹਾ ਕਿ ਲੁਟੇਰੇ ਉਸ ਦਾ ਵੀ ਇੱਕ ਟਰੰਕ ਚੁੱਕ ਕੇ ਲੈ ਗਏ ਸਨ। ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਜਾਰੀ ਹੈ। DSP ਰਸ਼ਪਾਲ ਸਿੰਘ ਨੇ ਕਿਹਾ ਹੈ ਕਿ ਜਲਦੀ ਹੀ ਸਾਰੇ ਮਾਮਲੇ ਤੋਂ ਪਰਦਾ ਚੁੱਕਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸ੍ਰੀ ਰਾਮ। ਰਾਤ ਤਾਂ ਇਸ ਤਰ੍ਹਾਂ ਹੋਇਆ ਜੀ, ਸਾਨੂੰ ਪਤਾ ਨਹੀਂ ਲੱਗਿਆ ਕਿ ਮਤਲਬ ਕਿ 2:30 ਦਾ ਟਾਈਮ ਹੋਊਗਾ। 2:30 ਦਾ ਟਾਈਮ ਸੀਗਾ ਅਤੇ ਸਾਨੂੰ ਆ ਕੇ ਆਲੇ ਦੁਆਲੇ ਮੰਜੇ 'ਤੇ ਘੇਰ ਲਿਆ। ਚਾਰ ਜਣੇ ਸੀਗੇ ਅੰਦਰ ਘੇਰ ਲਿਆ ਸਾਡੇ। ਬਸ ਹਬੜ ਦਬੜ ਜੀ ਖਿੱਚਣ ਜੀ ਲੱਗੇ, ਚੈਨ ਖਿੱਚਣ ਲੱਗੇ, ਤੋੜ ਕੇ ਲੈ ਗਏ ਸਾਰਾ ਕੁਝ ਉਹ ਕਰੇ। ਅਸੀਂ ਕਹਿੰਦੇ ਕਿ ਵੀ ਚੱਲ ਤੁਸੀਂ ਸਾਡੇ ਘਰ ਦੇ ਕਹਿੰਦੇ ਤੁਸੀਂ ਕੌਣ ਹੋ। ਇਹ ਕਹਿੰਦੀ ਹੈ ਕਿ ਕਦੀ ਬੋਲੇਗੀ ਮਾਰ ਦੂੰਗਾ ਰਾਡ। ਇਹਦੇ ਰਿਵਾਲਵਰ ਇੱਥੇ ਲਾ ਰੱਖਿਆ ਸੀਗਾ ਕੰਨ 'ਤੇ ਉਹਦੇ। ਉਹ ਬੋਲਦੀ ਸੀ, ਮੈਂ ਤਾਂ ਚੁੱਪ ਕਰਕੇ ਬੈਠਾ ਰਿਹਾ। ਫਿਰ ਜਦ ਸਾਰਾ ਕੁਝ ਕੱਢ ਲਿਆ, ਕੱਢਣ ਤੋਂ ਬਾਅਦ ਮੇਰੇ ਪਰਨੇ ਨਾਲ ਮੈਨੂੰ ਪਿੱਛੇ ਬੰਨਤਾ। ਬੰਨਣ ਤੋਂ ਬਾਅਦ ਸਾਡੇ ਘਰਦਿਆਂ ਨੂੰ ਉਹਦੀ ਚੁੰਨੀ ਨਾਲ ਬੰਨਤਾ, ਉੱਥੇ ਪਾਤਾ ਮੰਜੇ 'ਤੇ, ਉਸੇ 'ਤੇ ਪਾ ਕੇ ਫਿਰ ਅੰਦਰ ਵੜ ਗਏ। ਪਏ ਸੀਗੇ ਜੀ ਰਾਤ ਨੂੰ, ਇਹ ਕੋਈ ਰਾਤ ਨੂੰ 2:30 ਵਜੇ ਦਾ ਟਾਈਮ ਹੋ ਗਿਆ ਬਈ। ਇਹਨਾਂ ਕੋਲ ਆਏ ਹੋਣੇ ਜੀ, ਇਹਨਾਂ ਨੂੰ ਧਮਕਾਇਆ ਧਮਕੋਇਆ ਹੋਊਗਾ। ਸਾਨੂੰ ਨਹੀਂ ਪਤਾ ਸੀ ਪਏ ਸੀ ਅੰਦਰ, ਕੂਲਰ ਸਾਡਾ ਚੱਲਦਾ ਸੀਗਾ। ਅਤੇ ਜਦੋਂ ਅਸੀਂ 3 ਵਜੇ ਉੱਠੇ ਤਾਂ ਉਹ ਘਰਦਿਆਂ ਨੇ ਦੇਖਿਆ ਗੇਟ ਬਾਹਰੋਂ ਲੱਗਿਆ ਪਿਆ। ਅਤੇ ਉਹਨਾਂ ਨੇ ਦੇਖਿਆ ਵੀ ਚੱਲ, ਕਈ ਵਾਰੀ ਉਹਨਾਂ ਨੇ ਐਵੇਂ ਹਨੇਰੇ 'ਚ ਪਤਾ ਵੀ ਨਹੀਂ ਲੱਗਿਆ ਹੋਣਾ ਵੀ ਮੈਂ ਅੰਦਰੋਂ ਲਾ ਦਿੱਤਾ ਗੇਟ। ਤਾਂ ਉਹਨਾਂ ਨੇ ਲਾਈਟ ਲਾ ਕੇ ਦੇਖਿਆ ਤਾਂ ਸਾਡਾ ਟਰੰਕ ਨਹੀਂ ਸੀ ਉੱਥੇ। ਫਿਰ ਉਹਨੇ ਮੈਨੂੰ ਉਠਾਇਆ, ਕਹਿੰਦੇ ਆਪਣਾ ਟਰੰਕ, ਕੋਈ ਟਰੰਕ ਚੱਕ ਕੇ ਲੈ ਗਿਆ। ਫਿਰ ਗੇਟ ਖਿੱਚਿਆ ਤਾਂ ਗੇਟ ਬਾਹਰੋਂ ਬੰਦ ਸੀ। ਫਿਰ ਅਸੀਂ ਆਵਾਜ਼ਾਂ ਵੀ ਲਾਈਆਂ ਅੰਕਲ ਹੋਰਾਂ ਨੂੰ, ਅਤੇ ਇੱਕ ਵਾਰੀ ਅੰਕਲ ਬੋਲੇ, ਕਹਿੰਦੇ ਹੌਲੀ ਸੀ ਆਵਾਜ਼ 'ਚ ਬੋਲੇ ਜੀ, ਤੋਂ ਬਾਅਦ ਫਿਰ ਕੋਈ ਨਹੀਂ ਬੋਲਿਆ। ਫਿਰ ਅਸੀਂ 4-5 ਆਵਾਜ਼ਾਂ ਲਾਈਆਂ, ਫਿਰ ਆਂਟੀ ਦੀ ਆਵਾਜ਼ ਆਈ ਵੀ ਸਾਨੂੰ ਵੀ ਬਾਹਰੋਂ ਕੁੰਡਾ ਲਾ ਰਹੇ ਕਿਤੇ। ਫਿਰ ਅਸੀਂ ਨੇ ਆਪਣਾ ਕੁੰਡਾ ਅੰਦਰੋਂ ਖੋਲਿਆ ਜੀ ਪਲਾਸ ਨਾਲ। ਅਤੇ ਲੋਕਲ ਇੱਥੇ ਵਾਰਡ ਨੰਬਰ 15 ਦੇ ਵਿੱਚ ਸ਼੍ਰੀ ਰਾਮ ਇੱਕ ਰਿਟਾਇਰਡ ਲਾਈਨਮੈਨ ਨੇ, ਉਹ ਰਾਤ ਦੇ ਸਮੇਂ ਉਹਨਾਂ ਦੇ ਘਰੇ ਚੋਰੀ ਹੋਈ ਹੈ। ਉਹਦੀ ਉਹਨਾਂ ਨੇ ਇਤਲਾਹ ਦਿੱਤੀ ਹੈ ਜੀ, ਉਹ ਐਗਜੈਕਟਲੀ ਇਹ ਜਿਹੜਾ ਸਮਾਨ ਜੋ ਕੁਛ ਉਹਨਾਂ ਦਾ ਚੋਰੀ ਹੋਇਆ ਉਹ ਅਜੇ ਦੇਖ ਰਹੇ ਨੇ। ਉਹਨਾਂ ਦੇ ਬਿਆਨ 'ਤੇ ਜੋ ਬਣਦੀ ਕਾਰਵਾਈ ਉਹ ਤੁਰੰਤ ਕਰਤੀ ਜੋ। ਨਹੀਂ ਨਹੀਂ ਹੈ, ਉਹ ਸਨੈਚਿੰਗ ਹੀ ਹੈ, ਮਤਲਬ ਜਦੋਂ ਇਹ ਜਾਗ ਪਏ ਤਾਂ ਉਹਨਾਂ ਨੇ ਝਪਟ ਮਾਰ ਕੇ ਅਤੇ ਉਹ ਭੱਜ ਗਏ। ਸਾਡੀ ਮੋਬਾਈਲ ਪੈਟਰੋਲਿੰਗ ਵੀ ਹੈ, ਨਾਕਾਬੰਦੀ ਵੀ ਹੈ ਅਤੇ ਸਰਪ੍ਰਾਈਜ਼ ਚੈਕਿੰਗ ਵੀ ਹੈ। ਜਿਵੇਂ ਪਬਲਿਕ ਪਲੇਸਿਸ ਨੇ, ਸਰਾਵਾਂ, ਹੋਟਲ, ਢਾਬੇ, ਇਹਨਾਂ ਦੀ ਅਚਨਚਿਤ ਚੈਕਿੰਗ, ਅਤੇ ਇੱਥੇ ਜੋ ਵੀ ਸ਼ੱਕੀ ਪੁਰਸ਼ ਮਿਲਦਾ ਉਹ ਪ੍ਰੋਪਰ ਵੈਰੀਫਿਕੇਸ਼ਨ। ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।